इस वीडियो ते सब तो घट व्यू आंदे आ, सब तो घट चलदी आ। सही गल आ बई, 10 10 दिनां दे विच वी 1 के तक व्यू नहीं जांदा। इही गल करदे आ, 8 महीने तो लगातार कह रहे आ ट्विटर ते आओ, ट्विटर ते आओ। जिद्दे ट्विटर दे उत्ते रीलां बनन लग गईआं जां टिकटॉक वांगू वीडियो पैण लग गईआं, हर एक नूं ट्विटर भी चलाउणा आ जाणा, हर एक ने डाउनलोड भी रातों रात कर लैणा, हर एक नूं हैशटैग यूज करना भी आ जाणा। गल्लां करनीआं जी, रंगला पंजाब दे दांगे, फलाना दे दांगे, ढींग दे दांगे, बाहर वाले साडे इत्थे आ के रहणगे मुंडे कुड़ियां, ਕਿਹੜਾ ਆਊਗਾ। 3600 ਮੋਬਾਈਲ ਫੜ ਲਿਆ, ਚਲੋ ਮੰਨ ਲਿਆ ਆਪਾਂ, ਜੇਲ੍ਹ ਮੰਤਰੀ ਕਹਿ ਰਿਹਾ ਜੇਲ੍ਹ ਦੇ ਵਿੱਚੋਂ। ਪਹਿਲਾਂ ਇਹ ਦੇਖ ਲਓ 3600 ਮੋਬਾਈਲ ਅੰਦਰ ਗਿਆ ਕਿਵੇਂ। ਤੁਸੀਂ ਵੀ ਜਿਹੜੇ ਦੇਖਦੇ ਹੋ, ਤੁਹਾਨੂੰ ਵੀ ਜਸਟਿਸ ਦੀ ਉਮੀਦ ਹੈ, ਜੇ ਕੱਲ ਨੂੰ ਰੱਬ ਨਾ ਕਰੇ ਤੁਹਾਡੇ ਨਾਲ 19 ਕੀ ਗੱਲ ਹੁੰਦੀ ਹੈ। ਜਮਾ ਹੀ ਨਹੀਂ ਬਾਈ, ਜਮਾ ਹੀ ਨਹੀਂ। ਤਾਂ ਸਰਕਾਰ ਨੇ ਹਜੇ ਤੱਕ ਜਸਟਿਸ ਨਹੀਂ ਮਿਲਿਆ ਉਸ ਬੰਦੇ ਨੂੰ ਜਿਹੜਾ ਪੰਜਾਬ ਦਾ ਨਾਮ ਕਿੱਥੇ ਤੱਕ ਰੀਪ੍ਰੈਜ਼ੈਂਟ ਕਰ ਗਿਆ। ਤੇਰੇ ਮੇਰੇ ਵਰਗੇ ਨੂੰ ਕਿੱਥੇ ਮਿਲ ਜੂ ਕੱਲ ਨੂੰ ਤੇਰੇ ਮੇਰੇ ਵਰਗੇ ਨਾਲ ਕੋਈ ਵਾਰਦਾਤ ਹੋ ਜੇ। ਹੈਲੋ ਗਾਇਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਰਿਐਕਟ ਹਬ। ਆਓ ਦਿਲ ਦਾ ਨੀ ਮਾੜਾ ਟਵਿੱਟਰ ਦੇ ਉੱਤੇ ਆਓ, ਅਕਾਊਂਟ ਬਣਾਓ ਆਪਣੇ ਭੈਣ ਭਰਾਵਾਂ ਦੇ ਨਾਲ, ਫਰੈਂਡ ਸਰਕਲ ਨੂੰ ਵੀ ਬੋਲੋ ਟਵਿੱਟਰ ਦੇ ਉੱਤੇ ਆ ਕੇ ਅਕਾਊਂਟ ਬਣਾਉਣ ਲਈ, ਤੇ ਹੈਸ਼ਟੈਗ ਯੂਜ਼ ਕਰੋ ਜਸਟਿਸ ਫਾਰ ਸਿੱਧੂ ਮੂਸੇਵਾਲਾ ਤੇ ਵੀ ਵਾਂਟ ਜਸਟਿਸ। ਜਿੰਨਾ ਜ਼ਿਆਦਾ ਇਸ ਹੈਸ਼ਟੈਗ ਨੂੰ ਯੂਜ਼ ਕਰੋਗੇ, ਗੱਲ ਅੱਗੇ ਤੱਕ ਜਾਊਗੀ ਹੈਸ਼ਟੈਗ ਦੀ, ਤੇ ਜਸਟਿਸ ਦੇ ਉੱਤੇ ਕੰਮ ਪ੍ਰੋਪਰਲੀ ਕਰੂਗੀ ਸਰਕਾਰ, ਜਿਹੜੀ ਸਰਕਾਰ ਸੁੱਤੀ ਪਈ ਆ ਹੁਣ ਤੱਕ। ਠੀਕ ਹੈ ਨਾ, ਜਦੋਂ ਉਹਨਾਂ ਦੀ ਆਪਣੇ ਉੱਤੇ ਗੱਲ ਆਉਣੀ ਹੈ ਨਾ, ਜਦੋਂ ਉਹਨਾਂ ਦੇ ਕਿਹਾ ਵੀ ਉਹਨਾਂ ਦੀ ਇਨਸਲਟ ਹੋਊਗੀ 4 ਬੰਦਿਆਂ 'ਚ, ਫਿਰ ਕੰਮ ਪ੍ਰੋਪਰ ਹੁੰਦੇ ਆ। ਤੁਹਾਨੂੰ ਵੀ ਪਤਾ ਹਿਊਮਨ ਨੇਚਰ, ਹਰ ਇੱਕ ਬੰਦੇ ਨੂੰ ਆਪਣੀ ਸੈਲਫ ਰਿਸਪੈਕਟ ਜ਼ਿਆਦਾ ਇੰਪੋਰਟੈਂਟ ਲੱਗਦੀ ਆ ਬਾਕੀ ਕਿਸੇ ਦੀ ਚੀਜ਼ ਨਾਲੋਂ, ਹੈ ਨਾ। ਸੋ ਅੱਜ ਦੀ ਜਿਹੜੀ ਵੀਡੀਓ ਆ, ਫਾਦਰ ਸਾਹਿਬ ਦੀ ਸਪੀਚ ਆ ਜਿਹੜੀ ਅੱਜ ਦੀ ਸੰਡੇ ਦੀ, ਉਹਦੇ ਤੇ ਬੇਕਰ ਰਿਪਲਾਈ ਟੂ ਸੀਐਮ, ਤੇ ਦੇਖਦੇ ਆ ਕੀ ਕਹਿ ਰਹੇ ਨੇ ਫਾਦਰ ਸਾਹਿਬ, ਕੀ ਮੈਸੇਜ ਆ, ਕੀ ਕਾਲ ਆ। ਸ਼ੇਅਰ ਕਰਿਓ ਵੀਡੀਓ ਜੇ ਤੁਹਾਨੂੰ ਲੱਗਦੀ ਆ ਸ਼ੇਅਰ ਕਰਨ ਵਾਲੀ, ਗਾਣੇ ਤਾਂ ਸਾਰੇ ਹੀ ਸੁਣਦੇ ਆ ਸਿੱਧੂ ਬਾਈ ਦੇ, ਬਿਲਕੁਲ ਇਦਾਂ ਦੀ ਚੀਜ਼ਾਂ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਮੈਸੇਜ ਅੱਗੇ ਤੱਕ ਜਾਵੇ। ਜਿਹੜੇ ਭਰਾਵਾਂ ਭੈਣਾਂ ਨੂੰ ਨਹੀਂ ਪਤਾ ਕਿ ਸੰਡੇ ਦੀ ਸੰਡੇ ਸਪੀਚ ਹੁੰਦੀ ਆ, ਕੀ ਕਾਲ ਦਿੰਦੇ ਨੇ ਫਾਦਰ ਸਾਹਿਬ ਤੇ ਬਾਈ ਦੇ ਮਦਰ, ਜਾਂ ਕੇਸ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਇਸ ਚੀਜ਼ ਨੂੰ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ। ਸਾਨੂੰ ਇਹਦੇ ਨਾਲ ਕੋਈ ਵਿਊਜ਼ ਆ ਜਾਂ ਕੁਝ ਵੀ ਲੈਣਾ ਦੇਣਾ ਨਹੀਂ, ਤੁਸੀਂ ਆਪ ਵੀਡੀਓ ਦੇਖ ਕੇ ਮੈਸੇਜ ਆਪ ਅੱਗੇ ਕਨਵੇ ਕਰ ਦਿਆ ਕਰੋ, ਆਪ ਆਪਣੇ ਸੋਸ਼ਲ ਮੀਡੀਆ ਤੋਂ ਆਪ ਤੁਸੀਂ ਵੀਡੀਓ ਬਣਾ ਕੇ ਟਾਈਪ ਕਰਕੇ ਪੋਸਟ ਕਰ ਦਿਆ ਕਰੋ। ਸਾਨੂੰ ਕੋਈ ਵਿਊ ਦਾ ਲਾਲਚ ਆ, ਉਹ ਸਬਸਕ੍ਰਾਈਬਰ ਦਾ ਲਾਲਚ ਨਹੀਂ ਹੈਗਾ। ਇਸ ਵੀਡੀਓ ਦੇ ਉੱਤੇ ਜਿਹੜੀਆਂ ਬਣਾਉਂਦੇ ਆ, ਇਸ ਵੀਡੀਓ ਦੇ ਉੱਤੇ ਸਭ ਤੋਂ ਘੱਟ ਵਿਊ ਆਉਂਦੇ ਆ, ਸਭ ਤੋਂ ਘੱਟ ਚੱਲਦੀ ਆ। ਸਹੀ ਗੱਲ ਆ ਬਈ, 10 10 ਦਿਨਾਂ ਦੇ ਵਿੱਚ ਵੀ 1 ਕੇ ਤੱਕ ਵਿਊ ਨਹੀਂ ਜਾਂਦਾ, ਤੇ ਸਾਨੂੰ ਜੇ ਲਾਲਚ ਹੋਵੇ ਤਾਂ ਅਸੀਂ ਇਹ ਵੀਡੀਓ ਨਾ ਬਣਾਈਏ। ਲਾਲਚ ਲਈ ਹੋਰ ਬਹੁਤ ਕੁਝ ਪਿਆ, ਜਿਹੜੇ ਲੋਕੀ ਹੋਰ ਬਹੁਤ ਕੁਝ ਕਰਦੇ ਆ, ਤੇ ਬਾਕੀ ਕੀ ਕਹਿੰਦੇ ਇਹ ਵੀਡੀਓ ਬਣਾਉਣ ਦਾ ਰੀਜ਼ਨ ਇਹੀ ਆ ਕਿਉਂਕਿ ਡਾਇਰੈਕਟ ਲੋਕ ਦੇਖਦੇ ਨਹੀਂ ਸੀ ਵੀ ਸਪੂਜ ਅਲੱਗ ਅਲੱਗ ਘੱਟ ਦੇਖਦਾ ਬੰਦਾ ਕੋ ਨਹੀਂ, ਇਹ ਤਾਂ ਜਿਹੜੇ ਹੇਟ ਕਰਦੇ ਆ ਉਹ ਦੇਖਦੇ ਨਹੀਂ, ਉਹਨਾਂ ਦਾ ਕੀ ਕਹਿਣਾ, ਚੱਲ ਛੱਡ। ਪਰ ਸਾਡਾ ਬਣਾਉਣ ਦਾ ਰੀਜ਼ਨ ਇਹ ਆ, ਸਾਡੇ ਜਿਹੜੇ ਸਾਡੇ ਬਦੌਲਤ ਬਾਕੀ ਜਿਹੜੇ ਦਿੱਲੀ ਬੰਬੇ ਵਾਲੇ ਜਿੰਨੇ ਵੀ ਫੋਲੋ ਕਰਦੇ ਸਾਨੂੰ ਉਹ ਵੀ ਦੇਖ ਸਕਣ। ਜਿਹੜੇ ਭੈਣ ਭਰਾਵਾਂ ਨੂੰ ਪੰਜਾਬੀ ਦੇ ਪੰਜਾਬੀ ਲੈਂਗੁਏਜ ਨਹੀਂ ਸਮਝ ਆਉਂਦੀ, ਹਿੰਦੀ 'ਚ ਸਮਝਦੇ ਆ, ਉਹ ਚੀਜ਼ਾਂ 'ਚ ਆਪਾਂ ਮੈਸੇਜ ਟ੍ਰਾਂਸਲੇਟ ਕਰ ਦਿੰਦੇ। ਚਲੋ ਵੱਧ ਗੱਲਾਂ ਨਹੀਂ ਕਰਦੇ, ਵੱਧਦੇ ਆ ਵੀਡੀਓ ਵੱਲ। ਸਟੇ ਟਿਊਨ, ਕਰਦੀ ਸ਼ੁਰੂ, ਲੈਟਸ ਸੀ। ਸਰਕਾਰ ਹਣੇ ਵੀ ਕੰਨੀ ਹੋਈ ਤੇਲ ਪਾਈ ਬੈਠੀ ਹੈ, ਕੋਈ ਗੱਲ ਨਹੀਂ ਸੁਣਾ ਦੇਣਗੇ, ਸਮਾਂ ਤੇਰਾ ਵੀ ਆਊਗਾ, ਗਲੀ ਦੇ ਵਿੱਚ ਤੁਸੀਂ ਵੀ ਆਉਂਗੇ, ਮੈਂ ਥਾਰ ਗੱਡੀ ਸਾਂਭੀ ਬੈਠਣਾ, ਹਲੇ ਸ਼ੀਸ਼ਾ ਨਹੀਂ ਪਵਾਇਆ ਮਾਨ ਸਾਹਿਬ ਤੇ ਸੈਂਟਰ ਵਾਲੇ, ਗੱਲ ਸੁਣ ਲਓ, ਤੁਹਾਡਾ ਜਿਹੜਾ ਲਾ ਐਂਡ ਆਰਡਰ ਹੈ ਇਹ ਸੜਕਾਂ ਤੇ ਲੈ ਕੇ ਘੁੰਮੂਗਾ, ਚਲਣੀ ਹੋਈ ਲਾਸ਼ ਪੁੱਤਰੀ ਉੱਤੇ ਫੋਟੋ ਲਾ ਕੇ ਘੁੰਮੂਗਾ ਤੁਹਾਡੇ ਸਾਹਮਣੇ, ਤਾਂ ਜੋ ਕੋਈ ਲੋਕ ਵੇਖ ਲੈਣ ਸਾਡਾ ਲਾ ਐਂਡ ਆਰਡਰ ਆ ਹੈ। ਹਲੇ ਤੁਸੀਂ ਸੁਰੱਖਿਆ ਦੇ ਲਓ ਗੈਂਗਸਟਰਾਂ ਨੂੰ, ਸੁਰੱਖਿਆ ਦੇ ਲਓ ਬਦਮਾਸ਼ਾਂ ਨੂੰ, ਤੁਹਾਡੀ ਮਰਜ਼ੀ, ਅਸੀਂ ਤਾਂ ਰੋਕ ਲਾ ਹੀ ਸਕਦੇ ਹਾਂ, ਤੁਹਾਡੇ ਸਾਹਮਣੇ ਪਿਛਲੇ 10 ਮਹੀਨੇ ਤੋਂ ਲੱਗੇ ਹੋਏ ਹਾਂ, ਸਾਡੀ ਤੁਸੀਂ ਨਹੀਂ ਸੁਣੀ, ਸਾਡੀ ਦੇਹਾਂ ਤੋਂ ਖੇਹ ਹੋ ਗਈ। ਅੱਜ ਪੰਨੂ ਸਾਹਿਬ ਕਹਿੰਦੇ ਜੀ ਹਾਰਟ ਦੇ ਪੇਸ਼ੈਂਟ ਆ, ਉਹ ਹਾਰਟ ਦਾ ਪੇਸ਼ੈਂਟ ਮੈਂ ਹੈ ਹੀ ਨਹੀਂ ਸੀ, ਮੈਂ ਘੋੜੇ ਵਰਗਾ ਸੀ, 29 ਮਈ ਤੋਂ ਬਾਅਦ 2 ਵਾਰ ਸਟੰਟ ਪੈ ਗਏ, ਹਾਰਟ ਜਦੋਂ ਘਰ ਉੱਜੜਦੇ ਆ ਉਦੋਂ ਪੇਸ਼ੈਂਟ ਬਣਦੇ ਆ, ਹਾਲੇ ਤੁਸੀਂ ਤਾਂ ਮਹਿਲਾ ਕੋਠੇ 'ਚ ਬੈਠੋ, ਤੁਹਾਡੇ ਹਾਰਟ ਨੂੰ ਕੀ ਹੋਣਾ, ਤੁਹਾਡਾ ਹਾਰਟ ਤੜਫਦਾ ਨੀ ਹਾਲੇ, ਹਾਰਟ ਸਾਡੇ ਫੇਲ ਹੋਣਗੇ, ਪਹਿਲਾਂ ਸਾਡੇ ਤੇ ਦੁਨੀਆਂ ਦਾ ਬੋਝ, ਲੱਖਾਂ ਲੋਕ ਨਿੱਕੇ ਨਿੱਕੇ ਬੱਚੇ ਸਾਨੂੰ ਪੁੱਛਦੇ ਆ ਅੰਕਲ ਕਿਉਂ ਕੀ ਹੋਇਆ, ਇਹ ਚਲਾ ਚਲਾ ਕੇ ਪੁੱਛਦੇ ਆ, ਮੈਂ ਜੂਤੇ ਤੋਂ ਆਇਆ, ਕੀ ਜਵਾਬ ਆ ਸਾਡੇ ਕਿ
किसी को मार देना ही हल है। कमियां कि 100 हो सकती है, मेरे पक्ष भी 50 कमियां होनी जे लभोंगे, मेरे च 50 कमियां होनी जे लभोंगे। मनुख गलतियां का पुतला है, कौन नहीं करता गलत, पर समझाया भी तो जा सकता है। जो गोली मारने वाले इस गल का इलम है भी मैनू कुछ नहीं होना, मैं एक बंदा मशहूर मारूंगा, उदू बाद मैं जेल बैठूंगा, जेल च मेरे को फोन भी होगा, उसके बाद मैं फिर धमकी दूंगा, फिर मेरी आमदन शुरू हो जानी है, तो फिर क्राइम क्यों नहीं बढ़ूगा। मैं हर एक गल कहना गोली का हल गोली है, जिहड़ा साडे नूं गोली बड़ी शर्म वाली गल है, ਗੱਲਾਂ ਕਰਨੀਆਂ ਜੀ, ਰੰਗਲਾ ਪੰਜਾਬ ਦੇ ਦਾਂਗੇ, ਫਲਾਨਾ ਦੇ ਦਾਂਗੇ, ਢੀਂਗ ਦੇ ਦਾਂਗੇ, ਬਾਹਰ ਵਾਲੇ ਸਾਡੇ ਇੱਥੇ ਆ ਕੇ ਰਹਿਣਗੇ, ਮੁੰਡੇ ਕੁੜੀਆਂ ਜਿਹੜੇ ਪੰਜਾਬ ਛੱਡ ਕੇ ਗਏ ਆ ਵਾਪਸ ਮੁੜ ਕੇ ਆਉਣਗੇ, ਕਿਹੜਾ ਆਊਗਾ, ਕੀ ਕਿਹਦੇ ਕਰਕੇ ਆਉਣਗੇ, ਕੀ ਕੀ ਇੱਥੇ ਗੋਲੀਆਂ ਖਾਣ ਆਉਣਗੇ, ਲੁੱਟਾਂ ਖੋਹਾਂ ਕਰਾਉਣ ਆਉਣਗੇ, ਇਹ ਰੰਗਲਾ ਪੰਜਾਬ ਮਿਲਿਆ। ਉਹ ਬੰਦਾ ਵੀ ਜਿਹੜੇ ਬੰਦਾ ਕਾਂਗਰਸ ਪਾਰਟੀ ਚੋਂ, ਚਲੋ ਕਿਸੇ ਪਾਰਟੀ ਨੂੰ ਜੁਆਇਨ ਕੀਤਾ ਉਹਨੇ, ਉਹ ਜਿੱਤਣ ਤੋਂ ਬਾਅਦ ਠੀਕ ਆ ਇੰਟਰਵਿਊ ਆਈਆਂ, ਉਹ ਕਹਿੰਦਾ ਲੋਕੀ ਮਾੜਾ ਬੋਲਣ ਲੱਗ ਗਏ ਵੀ ਨਾ ਬੋਲੋ, ਹਜੇ ਮਾੜਾ, ਹਜੇ ਤਾਂ 4 ਮਹੀਨੇ ਹੋਏ ਆ ਉਹਨਾਂ ਨੂੰ ਆਏ ਨੂੰ, ਸਰਕਾਰ ਬਣੀ ਨੂੰ ਹਜੇ 4 ਮਹੀਨੇ ਹੋਇਆ, ਦੇਖਦੇ ਆ ਕੰਮ ਕਰ। ਉਹ ਬੰਦੇ ਦੀ ਸੋਚ ਤੁਹਾਡੇ ਨਾਲ ਇਹ ਸੀ, ਸਹੀ ਗੱਲ ਆ, ਫਿਰ ਵੀ ਤੁਹਾਡੇ ਬੰਦਿਆਂ ਦੀ ਸੋਚ ਕੀ, ਉਹਦੀਆਂ ਸਿਕਿਉਰਟੀਆਂ ਕਰਕੇ ਘਟਾ ਕੇ ਇਨਫੋਰਮੇਸ਼ਨ ਲੀਕ ਕਰਤੀਆਂ ਸੀ, ਸਿਕਿਉਰਟੀ ਘਟਾ ਦੀ, ਆ ਪੰਨੂ ਵਰਗਾ ਬੰਦਾ ਜਿਹੜਾ ਹੁਣ ਹਾਰਟ ਪੇਸ਼ੈਂਟ ਦੀ ਗੱਲ ਕਰਦਾ ਪਿਆ, ਬਈ ਇਹ ਗੱਲ ਸੱਚ ਆ, ਪਹਿਲਾਂ ਕਦੇ ਦੇਖਿਆ ਨਾ ਆਖਰ ਸਿੱਧੂ ਮੂਸੇਵਾਲਾ ਬਈ ਮਸ਼ਹੂਰ ਨਾ ਜੇ ਇੱਦਾਂ ਦੀ ਬਾਈ ਦਾ ਬਹਾਦਰ ਸਾਹਿਬ ਕਦੇ ਵੀ ਹਸਪਤਾਲ ਜਾਂਦੇ ਸਾਰੀ ਦੁਨੀਆਂ ਨੂੰ ਪਤਾ ਹੁੰਦਾ, ਉਹ ਬੰਦਾ ਇੰਨੀ ਇੰਨੀ ਚੀਜ਼ ਦੀ ਕੇਅਰ ਕਰਦਾ ਹੁੰਦਾ ਸੀ, ਇੰਨੀ ਇੰਨੀ ਚੀਜ਼ ਦੀ ਕਿ ਤੁਹਾਡਾ ਪੇਟ 'ਚ ਦਰਦ ਹੁੰਦੀ ਆ ਉਹ ਠੀਕ ਆ, ਹੁਣ ਮੈਡੀਸਨ ਲੈ ਲਈ, ਇਹ ਕਰ ਲਿਆ ਉਹ ਕਰ ਲਿਆ, ਲੇਕਿਨ ਹਾਰਟ ਦੀ ਕਦੇ ਗੱਲ ਨਹੀਂ ਹੋਈ ਸੀ ਕਿਤੇ, ਏਡੇ ਏਡੇ ਸ਼ੋਆਂ ਤੇ ਏਡੇ ਏਡੇ ਕਰਾਊਡ ਦੇ ਵਿੱਚ ਨਾਲ ਹੁੰਦੇ ਜੀ ਸਿੱਧੂ ਬਾਈ ਦੇ ਬਹਾਦਰ ਸਾਹਿਬ, ਤੇ ਅੱਜ ਉਹ ਉਹਨਾਂ ਨੂੰ ਆਉਂਦੀਆਂ ਬਈ ਵਾਕਈ ਗੱਲਾਂ, ਗੱਲ ਸੱਚ ਆ ਕਿ ਤੁਸੀਂ ਮਹਿਲਾ ਕੋਠੀਆਂ 'ਚ ਬੈਠੇ ਹੋ, ਤੁਹਾਨੂੰ ਥੋੜ੍ਹੀ ਇਹ ਚੀਜ਼ਾਂ ਦਾ ਪਤਾ, ਤੁਹਾਡੇ ਹਾਰਟ ਨੂੰ ਕੁਛ ਨਹੀਂ ਹੋਣਾ, ਤੁਹਾਨੂੰ ਇਹ ਚੀਜ਼ਾਂ ਦਾ ਪਤਾ, ਤੇ ਵਾਕਈ ਆਹ ਗੱਲ ਸੱਚ ਆ, ਬਹੁਤ ਵਧੀਆ ਡਿਸੀਜ਼ਨ ਲਿਆ ਵਾ ਕਿ ਤੁਹਾਡੇ ਲਾਅ ਐਂਡ ਆਰਡਰ ਦਾ ਪਤਾ ਲੱਗੂ ਲੋਕਾਂ ਨੂੰ, ਜਦੋਂ ਨਾ ਗੱਡੀ ਦਾ ਸ਼ੀਸ਼ਾ ਪਾਇਆ ਨਾ ਬੋਨਟ ਪਿਆ ਤੇ ਉੱਤੇ ਫੋਟੋ ਲੱਗੀ ਹੋਈ ਸਿੱਧੂ ਬਾਈ ਦੀ, ਜਦੋਂ ਹਰ ਕਿਤੇ ਰੈਲੀ ਦੇ ਵਿੱਚ ਜਾਊਗੀ, ਹਰ ਕਿਤੇ ਰੋਡ ਦੇ ਉੱਤੇ ਘੁੰਮੂਗੀ, ਪਤਾ ਲੱਗੂ ਕਿ ਹਾਂ ਕਿ ਕੀ ਦਿੱਤਾ ਸਰਕਾਰ ਨੇ, ਹਜੇ ਤੱਕ ਜਸਟਿਸ ਨਹੀਂ ਮਿਲਿਆ ਉਸ ਬੰਦੇ ਨੂੰ ਜਿਹੜਾ ਪੰਜਾਬ ਦਾ ਨਾਮ ਕਿੱਥੇ ਤੱਕ ਰੀਪ੍ਰਜੈਂਟ ਕਰ ਗਿਆ। ਸਹੀ ਗੱਲ, ਤੇਰੇ ਮੇਰੇ ਵਰਗੇ ਨੂੰ ਕਿੱਥੇ ਮਿਲ ਜੂ, ਕੱਲ ਨੂੰ ਤੇਰੇ ਮੇਰੇ ਵਰਗੇ ਨਾਲ ਕੋਈ ਵਾਰਦਾਤ ਹੋ ਜਾਏ, ਕੱਖ ਵੀ ਨਹੀਂ ਸਾਨੂੰ, ਜਿਹੜਾ ਏਡੇ ਮਸ਼ਹੂਰ ਬੰਦੇ ਨੂੰ ਨਹੀਂ ਜਸਟਿਸ ਮਿਲਦਾ ਪਿਆ, ਅਸੀਂ 8 ਮਹੀਨੇ ਤੋਂ ਲਗਾਤਾਰ ਪਿੱਟੀ ਜਾ ਰਹੇ ਹਾਂ, ਤੁਸੀਂ ਵੀ ਜਿਹੜੇ ਦੇਖਦੇ ਹੋ ਤੁਹਾਨੂੰ ਵੀ ਜਸਟਿਸ ਦੀ ਉਮੀਦ ਹੈ, ਜੇ ਕੱਲ ਨੂੰ ਰੱਬ ਨਾ ਕਰੇ ਤੁਹਾਡੇ ਨਾਲ ਉਨੀ ਕੀ ਗੱਲ ਹੁੰਦੀ ਹੈ, ਜਮਾ ਹੀ ਨਹੀਂ ਬਾਈ, ਜਮਾ ਹੀ ਨਹੀਂ, ਜਿਹੜੇ ਬੰਦੇ ਨੇ ਇੰਨਾ ਕੁਛ ਕੀਤਾ ਉਹਦੇ ਲਈ ਇੰਨਾ ਰੋਲਣਾ ਪੈ ਰਿਹਾ, ਆਪਾਂ ਤਾਂ ਕੀ ਚੀਜ਼ ਹੈ, ਪਿੱਛੇ ਬੈਨਰ ਲਾਇਆ ਨਾ, ਇੱਥੇ ਲਾਈਨਾਂ ਲਿਖੀਆਂ ਹੋਈਆਂ, ਪੜ੍ਹ ਵੀ ਲਿਆ ਕਰੋ, ਇਫ ਯੂ ਵਾਂਟ ਪੀਸ ਵਰਕ ਫੋਰ ਜਸਟਿਸ, ਜੇ ਸ਼ਾਂਤੀ ਚਾਹੀਦੀ ਹੈ ਨਾ ਤਾਂ ਜਸਟਿਸ ਤੇ ਕੰਮ ਕਰੋ, ਗੱਲਾਂ ਨਾ ਕਰੋ, ਮਿੱਠੀਆਂ ਗੋਲੀਆਂ ਨਾ ਦੋ ਲੋਕਾਂ ਨੂੰ, ਮਾਰਦਾ ਉਹ ਗੋਲੀ ਨੂੰ ਮਾਰਨਾ ਚਾਹੀਦਾ, ਉਹਨੂੰ ਗ੍ਰਿਫਤਾਰ ਕਰਨ ਦਾ ਕੀ ਕੰਮ, ਬਿਲਕੁਲ ਸਹੀ ਗੱਲ ਆ, ਉਹ ਪੈਸੇ ਲੈਂਦਾ, ਫੀਸ ਉਧਰੋਂ ਵਸੂਲਦਾ, ਘਰ ਸਾਡਾ ਪਤਾ, ਬਿਲਕੁਲ, ਫਿਰ ਉਹ ਤੇ ਛੋਟਾ ਜਿਹਾ ਮੁਕੱਦਮਾ ਦਰਜ ਕਰਕੇ ਉਹ ਜੇਲ੍ਹ ਦੀਆਂ ਸਹੂਲਤਾਂ ਮੰਨਦਾ, ਉੱਥੇ ਜਾ ਕੇ ਉਹ ਕਿਸੇ ਗਰੁੱਪ ਨਾਲ ਸਾਂਝ ਪਾ ਲੈਂਦਾ, ਪਹਿਲਾਂ ਉਹ ਇਕੱਲਾ ਹੁੰਦਾ, ਫਿਰ ਉਹ 15-20 ਦਾ ਚਲਾਉਂਦਾ ਹੁੰਦਾ, ਸਹੀ ਗੱਲ ਆ, ਪੁੱਤਲਵੰਡੀ ਸਾਹਿਬ ਉਹ ਸਾਹਮਣੇ ਤੁਹਾਨੂੰ ਸਾਰਿਆਂ ਨੂੰ ਪਤਾ 30 ਸਾਲਾਂ ਦੇ ਵਿੱਚ ਡਾਕਟਰ ਬਣਦਾ ਜਵਾਕ, ਅੱਧੇ ਬੁੜੇ ਹੋ ਜਾਂਦੇ ਪੜ੍ਹਦੇ ਪੜ੍ਹਦੇ, ਜਦੋਂ ਮੈਡੀਕਲ ਕਰਦੇ ਆ MD ਬਣਨ ਤੱਕ ਜਵਾਕ ਦੀ ਉਮਰ 37-30 ਸਾਲ ਦੀ ਹੋ ਜਾਂਦੀ ਹੈ, 30 ਸਾਲਾਂ ਬਾਅਦ MD ਬਣ ਕੇ ਉਹਨੇ ਕਲੀਨਿਕ ਖੋਲਿਆ ਆਪਣਾ, ਤਾਂ ਮੰਨਾ ਸੋਹਣੇ ਭੇਜਤਾ ਜਾ ਕੇ ਉਹਦੇ ਗੋਲੀ ਮਾਰਤੀ, ਦੇ ਪੈਸੇ ਕਲਾਕਾਰ ਦੇ ਤੁਸੀਂ ਗੋਲੀਆਂ ਮਰਵਾਤੀਆਂ, ਦੀਪ ਸਿੱਧੂ ਤੁਸੀਂ ਐਕਸੀਡੈਂਟ 'ਚ ਮਾਰਤਾ, ਜੇ ਕੋਈ ਕਬੱਡੀ ਦਾ ਪਲੇਅਰ ਮਸ਼ਹੂਰ ਹੋਊਗਾ ਤੁਸੀਂ ਉਹ ਮਰਵਾਤਾ, ਸਰਕਾਰਾਂ ਸਾਡੀਆਂ ਤਮਾਸ਼ਾ ਵੇਖ ਰਹੀਆਂ ਨੇ, ਉਹਨਾਂ ਨੂੰ ਐਂ ਲੱਗਦਾ ਵੀ ਇੱਕ ਵਾਰੀ ਬਟੇਰਾ ਆ ਗਿਆ, ਪੈਰ ਥੱਲੇ ਬੰਦੇ ਮੇਰੇ ਆ ਗਏ, ਹੁਣ 5 ਸਾਲ ਤੱਕ ਗੋਲ ਦੇ ਉਦੋਂ ਨੂੰ ਦੇਖਾਂਗੇ, ਉਦੋਂ ਸਿੱਧੂ ਨੂੰ ਭੁੱਲ ਭੱਲ ਜਾਣਗੇ ਲੋਕ, ਕੋਈ ਨੀ ਬੋਲਦਾ ਕਦੇ ਵੀ ਨਹੀਂ, ਪਰ ਦਿਮਾਗ ਚੋਂ ਗੱਲ ਕਰ ਦਿਓ, ਭੁੱਲਣ ਨਹੀਂ ਦੇਊਂਗਾ, ਸੜਕਾਂ ਤੇ ਫਿਰੂੰਗਾ ਤਾਂ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰੀ ਜਾਣੂ, ਅਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਚਾਹੁੰਦੇ,
ना सानू थोड़ी सिक्योरिटियां की लोड़ है, चल सानू छड़ दो खुले खुले, पर ना शर्त करता दोषियों भी छड़ दो, थोड़े हाथ बन के थोड़े करने की बेनती करना सरकारे, तू दोषियों भी छड़ दे, उन्होंने बुलेट प्रूफ गड्डिया देनिया बंद कर दे, वो भी तो किसी का जवाक मार के जाते हैं, वो भी खतरे का सामना कर, मैं तुम बार बार अपील करता है गवर्नमेंट को, सही गल पता लगे ना डर की हुंदा फिर तुसी बदमाश संभाल रहे हो जेलों के विच, आप पिछे जो तो जेल मंत्री के अंकड़े सुने होंगे 3600 मोबाइल फड़ लेगा ना 6 महीने पिछे की रह गया 3600 मोबाइल फड़ लिया, चलो मान लिया आप जेल मंत्री कह रहा जेल के पिछों, पहला ये देख लो 3600 मोबाइल अंदर गया कि में, तो ये देख लो 3600 मोबाइल तो एक जेल च होना, 3600 मोबाइल अंदर गया कि में वो दसो ना, फड़ लिया बाद दी गल्लां ने, इन्नी वीक सिक्योरिटी है जां कुछ आ के सारा कुछ जाई जांदा, फिर फड़ ले फड़ो बंदे ना जिहड़े अंदर भेजदे आ, ओह वेच जांदा अंदर, ओही तां गल्ल आ जिहड़े तुहाडे ही बंदे ने जिहड़े अंदर लैके जांदे आ, 3600 फड़ लिया दुगना पहुंच जाणा अंदर दुबारा, ए जिन्ना देखा ना पब्लिसिटी स्टंट, असी ये करते वाह वाह कट्टन लई, असी वो करता वाह वाह कट्टन लई, गुजरात च जाके डांडिये कर ले ये कर ले वो, इन्ना इन्निया उत्थे जा जाके इन्ना फोकस कीता, इन्ना रोड शो कीते जस्टिस लई, ओहदे विचों 2% ही जस्टिस लई तुसी कर लो ना, 2% भी बहुत है साडे लई, भाई यंग जनरेशन आउण दे नाते इह गल दिलों सच कहने आ, सानू भी बड़ी उम्मीद सी जां जत्ते आ, पर ना भाई अंगूठा वा बाकी सारा जेल प्रशासन कह रहा भी फोन कंट्रोल ही नहीं, तुम छड़ दिंदे ने तुरंत मार तो बाद लॉरेंस की एक मुलाजमी गल करवा गल हो सकती है जी, कहते जी हो सकती है, वो कहते भाई गेली गली चढ़ता सुनी हो तुम सारे ने बड़ी वायरल हुई है सोशल मीडिया और मुबारक दे मेरे पुत्र की उम्र वो भी कितने जिथे परिंदा पानी मार सकता तिहाड़ वर्गी जेल जिथे कहते ने भी बंदा जमा हर पासा ही नहीं लिया सारा किसी पास उस जेल के फोन चल ट्रांजिट के उत्ते आते ने प्रोडक्शन पॉइंट से आ गए हां सिद्धू असी मारे जो कोर्ट च पिछे आ गई साढ़े को फोन ही नहीं है जी संपर्क पाई कर सकते साड़ी गवर्नमेंट का फेलियर ही है लॉरेंस का तो 100 मुकदमा चल रहा 64 जगू के उत्ते चलते हैं किसी भर्ती चो सजा नहीं हो रही तो फिर भाई साधु खुले छड़ दो रब सा गोली मार के साड़ी मुक्ति का हो जाएगा असं रोज तड़फना तो बंद कर देंगे जे थोड़े को सारी समस्या का हल है नहीं साड़ी बढ़ा दो जिथे पुत्र मारे उ दो गोलियां साढ़े बारी की काल पैदा उन्होंने गोले पर जिम्मेवारी वाली कोई गल सब तो वध खतरा पंजाब नूं जे मौके ते इस पिंड देखिए गैंगस्टरवाद तो खतरा सब तो वड्डा खतरा ये लोग जिहड़ियां पहला नक्सलाइट मूवमेंट आई उस बाद दूसरियां भी अपना 10 साल संताप हो गया उन्हां दा मनोरथ कुछ होर सी पर ये तो सारे पैसे कमाउण वाले गुंडे बैठे ने इहनां दे विच इहनां दे नाल साडी जिहड़ी सरकारी मशीनरी राज कीती है इसे करके काबू नहीं होणा जिहड़ा बंदा फिक्रमंद है जिहनूं चिंता है वो इत्थों जां तां बाहर भज जाऊगा जां फिर हथ खड़े कर देगा थोनू पता होना 2,15,000 जिहड़ा स्टूडेंट है कल्ली कनेडा कनेडा च मर गया हले जिहड़े कीते गए ने ब्याह शादियां करा के उहनूं वखरे नहीं साढ़े नौजवानों का 2011 का अंकड़ा 35.8 सी जवानी का अंकड़ा 2040 तक विरोध 21.3 रहे पंजाब की हरेक जगह उत्ते बुढ़ा बैठा होगा पर यह सब कुछ जानते ये आंकड़े मैं इन्होंने तू लेने यूनिवर्सिटी की रिपोर्ट है
37 लाख भैया पंजाब चल गया ते 2040 तक करोड़ सवा करोड़ तो टप्पूगा सच्चा गल थोड़िया गलों तो गुरुद्वारा प्रबंधक कमेटियां नहीं प्रधान भी जो भैया ना बने तो मेरा नाम बदल दो 100% सही गल राजनीति करते हैं यूट्यूब चैनल आले भी बड़े देखे इंस्टाग्राम पेज आले भी बड़े देखे सिद्धू भाई दे हमदर्दी बने हुए पर आपदे च इन्ना भी गट्स नहीं है कि बोल के पा देन लत्तां कंबदियां ने बई सही गल पता ना जे कुछ बोल के पाता एवें अगला फिर सानू ये होजू वो होजू ठीक है धमकी आजू बई होजू फलाना लत्तां कंबदियां ने बस जे जे सुनते हो ना उहनू जां उहदियां वीडियो पा के लाइक व्यू लैंदे हो तां बोलण दी भी हिम्मत रखो उहदे ते जे तां खड़ नहीं सकदे फिर तां सुणो भी ना सिद्धी गल फिर झूठियां हमदर्दियां ना जताओ ठीक है कि जस्टिस फॉर सिद्धू मूसे वाला जी जी वो जी मैं बड़े पेज देखे आ वधिया नामी पेज बन गए सिद्धू भाई दे नां तों पर एक बार नहीं ਉਹਨਾਂ ਦੇ ਮੈਂ ਦੇਖਿਆ ਜਸਟਿਸ ਦੀ ਗੱਲ ਕੀਤੀ ਹੋਵੇ ਰੀਲ ਤਾਂ ਤਾਂ ਪਾਉਂਦੇ ਨੇ ਰੀਚ ਵਧੇ ਲਾਈਕ ਸੋ ਮੈਂ ਵਿਸ਼ੇ ਤੋਂ ਥੋੜਾ ਸਾਈਡ ਤੇ ਚਲਾ ਗਿਆ ਕਿਸੇ ਨੂੰ ਭਰਾ ਨੂੰ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਮਾਫੀ ਚਾਹੁੰਦਾ ਮਹੀਨੇ ਵੀ ਦਿਨ ਦੇ ਵਿੱਚ ਆਪਾਂ ਕਿਸੇ ਗੱਲ ਤੇ ਲੱਗਾਂਗੇ ਨਹੀਂ ਫਿਰ ਜਿਹੜਾ ਕੋਈ ਅਗਲਾ ਪ੍ਰੋਗਰਾਮ ਆਪਾਂ ਜੇ ਆਪਾਂ ਨੂੰ ਲੱਗਿਆ ਵੀ ਜਮੀ ਕੁਛ ਨਹੀਂ ਹੈਗਾ ਕੁਛ ਸਰਕਾਰ ਨੇ ਪੱਲੇ ਪਾਇਆ ਫਿਰ ਆਪਾਂ ਵਾਪਸੀ ਕਰਾਉਣੀ ਹੈ ਬੇਟੇ ਦੀ ਅਗਲੇ ਮਹੀਨੇ ਭੋਗ ਤੋਂ ਫਿਰ ਆਪਾਂ ਕੋਈ ਨਾ ਕੋਈ ਅਨਾਊਂਸਮੈਂਟ ਕਰਾਂਗੇ ਇਹਨਾਂ ਕਹਿੰਦਾ ਹੋਇਆ ਕੋਈ ਸ਼ਬਦ ਕਿਸੇ ਵੀਰ ਨੂੰ ਚੁੱਭ ਗਈ ਹੋਵੇ ਗੱਲ ਤਾਂ ਮਾਫੀ ਚਾਹੁੰਦਾ ਤੁਹਾਡੇ ਤੋਂ ਸਾਰਿਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਈ ਵਾਕਈ ਇੱਕ ਮੈਂ ਇਹਦੇ 'ਚ ਹੈ ਨਹੀਂ ਸੀ ਮਾੜੀ ਜਿਹੀ ਕਲਿੱਪ ਦੇਖੀ ਸੀ ਇਹਦੇ ਵੀਡੀਓ 'ਚ ਉੱਥੇ ਲੱਗੇ ਵੀ ਦਾਦਾ ਸਿੱਧੂ ਬਾਈ ਦੇ ਫਾਦਰ ਸਾਹਿਬ ਦਾਦੀ ਕਿ ਕਿਸੇ ਠੇਕੇ ਦੇ ਉੱਤੇ ਸਿੱਧੂ ਬਾਈ ਦੀ ਫੋਟੋ ਲਾਈ ਸੀ ਕਿਸੇ ਨੇ ਤੇ ਉਹ ਫੋਟੋ ਯਾਰ ਇੱਦਾਂ ਨਾ ਲਾਇਆ ਕਰੋ ਇਹ ਬੰਦਾ ਦਾਰੂ ਨੂੰ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਸੀ ਇਹਦਾ ਰੁਤਬਾ ਹੋਰ ਆ ਇਹ ਬੰਦਾ ਇਹਦੀ ਸੋਚ ਹੋਰ ਆ ਠੀਕ ਆ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲਾ ਬੰਦਾ ਇਹ ਬੰਦਾ ਦਾਰੂ ਵਾਲੀਆਂ ਜਾਂ ਕਿਤੇ ਗਲਤ ਚੀਜ਼ਾਂ ਫੋਟੋਆਂ ਨਾ ਲਾਇਆ ਕਰੋ ਫਾਇਦਾ ਕੋਈ ਨਹੀਂ ਮੈਂ ਕੱਲ ਨੂੰ ਫਿਰ ਲੀਗਲ ਐਕਸ਼ਨ ਲਿੱਤਾ ਜਾਊਗਾ ਠੀਕ ਆ ਉਹ ਵਧੀਆ ਨਹੀਂ ਇਹ ਗੱਲਾਂ ਲਾਉਣੀਆਂ ਨੇ ਫੋਟੋਆਂ ਜਿੱਥੇ ਲਾਓ ਪਤਾ ਤੁਹਾਨੂੰ ਕਿ ਇਸ ਬੰਦੇ ਦੀ ਸੋਚ ਕੀ ਸੀ ਇਸ ਬੰਦੇ ਦਾ ਕਰਦਾਰ ਕੀ ਆ ਠੀਕ ਆ ਉੱਥੇ ਫੋਟੋਆਂ ਲਾਓ ਜੇ ਲਾਉਣੀਆਂ ਵੀ ਨੇ ਇਹ ਯੂਜ਼ ਕਰਨੀ ਵੀ ਆ ਫੋਟੋ ਚੰਗੀ ਜਗ੍ਹਾ ਤੇ ਲਾਓ ਇਹ ਤਾਂ ਪਤੰਗਾ ਵਿੱਚ ਬੋਲਣ ਲੱਗ ਗਏ ਸੀ ਇਹ ਤਾਂ ਵੇ ਠੇਕੇ ਦੀ ਗੱਲ ਆ ਤੇ ਫੈਮਿਲੀ ਨੇ ਆਪ ਹੀ ਇਹ ਗੱਲ ਪਹਿਲਾਂ ਨੋਟਿਸ 'ਚ ਲਿਆ ਕੇ ਕਲੀਅਰ ਕਰ ਲਈ ਵਿੱਚ ਜਾਂ ਨਾ ਕਰਿਆ ਕਰੋ ਯਾਰ ਦੇਖੇ ਕਰੋ ਯਾਰ ਸਪੀਚ ਸੁਣੇ ਕਰੋ ਹਰ ਸੰਡੇ ਦੀ ਟਾਈਮ ਕੱਢ ਕੇ ਜਦ ਵੀ ਟਾਈਮ ਲੱਗਦਾ ਸੁਣੇ ਕਰੋ ਅੱਜ ਸਿੱਧੀ ਸੁਣਦੇ ਆ ਟਵਿੱਟਰ ਦੇ ਉੱਤੇ ਆਓ ਸਭ ਤੋਂ ਵੱਧ ਹੈਸ਼ਟੈਗ ਯੂਜ਼ ਕਰੋ ਅਕਾਊਂਟ ਬਣਾਓ ਆਪਣੇ ਨਾਲ ਕਲੱਬ ਬਣਾ ਲਓ ਆਪਣੇ ਤੁਸੀਂ ਗਰੁੱਪ ਬਣਾ ਲਓ ਜਸਟਿਸ ਫੋਰ ਸਿੱਧੂ ਮੂਸੇਵਾਲੇ ਨਾਮ ਤੇ ਫੈਮਿਲੀਆਂ ਤੁਸੀਂ ਆਪਣੀਆਂ ਚਾਹੇ ਫੈਮਿਲੀ ਐਡ ਕਰ ਲਓ ਹੋਰ ਕਿਸੇ ਨੂੰ ਜੇ ਨਹੀਂ ਐਡ ਕਰਨੇ ਫਰੈਂਡ ਫਰੈਂਡ ਹੈ ਨਾ ਫੈਮਿਲੀਆਂ ਬਣਾ ਲਓ ਜੇ ਫਰੈਂਡਸ ਹੋ ਤਾਂ ਫਰੈਂਡਸ ਵਾਲਾ ਗਰੁੱਪ ਬਣਾ ਲਓ ਜਸਟਿਸ ਦੇ ਨਾਂ ਤੇ ਡੇਲੀ ਐਕਟਿਵ ਚ ਹੋਵੋ ਤੇ ਹੈਸ਼ਟੈਗ ਬਾਰੇ ਗੱਲ ਕਰੋ ਹੈਸ਼ਟੈਗ ਯੂਜ਼ ਕਰੋ ਜਿਹਨੇ ਜਸਟਿਸ ਵਾਲਾ ਹੈਸ਼ਟੈਗ ਪਾਇਆ ਉਹ ਰੀਟਵੀਟ ਜ਼ਰੂਰ ਕਰਿਆ ਕਰੋ ਕਿ ਹੈਸ਼ਟੈਗ ਟ੍ਰੈਂਡਿੰਗ ਦੇ ਵਿੱਚ ਆਵੇ ਇਸ ਨਾਲ ਯਾਰ ਹੈਲਪ ਹੁੰਦੀ ਹੈ ਬਾਈ ਦੇ ਫਾਦਰ ਸਾਹਿਬ ਨੂੰ ਇਸ ਚੀਜ਼ ਨਾਲ ਬਹੁਤ ਮਤਲਬ ਇਸ ਚੀਜ਼ ਨਾਲ ਬਹੁਤ ਹੈਲਪ ਹੋਊਗੀ ਠੀਕ ਹੈ ਕੇਸ ਦੇ ਉੱਤੇ ਬਹੁਤ ਅੱਗੇ ਤੱਕ ਗੱਲ ਲੈ ਕੇ ਜਾਵਾਂਗੇ ਸਾਰੇ ਜਣੇ ਆਪਾਂ ਹੁਣ ਤਾਂ ਕੁਛ ਨਹੀਂ ਕਿਸੇ ਨੂੰ ਇਹਦੇ ਨਾਲ ਪੈਸੇ ਨਹੀਂ ਆਉਣੇ ਬਾਈ ਕਿਸੇ ਦਾ ਵੀ ਇਸ ਚੀਜ਼ ਨਾਲ ਅਕਾਊਂਟ ਨਹੀਂ ਬਦਲ ਲੱਗਿਆ ਹੁਣ ਇਹੀ ਗੱਲ ਕਰਦੇ ਆ 8 ਮਹੀਨੇ ਤੋਂ ਲਗਾਤਾਰ ਕਹਿ ਰਹੇ ਹਾਂ ਟਵਿੱਟਰ ਤੇ ਆਓ ਟਵਿੱਟਰ ਤੇ ਆਓ ਜਿੱਦੇ ਟਵਿੱਟਰ ਦੇ ਉੱਤੇ ਰੀਲਾਂ ਬਣਨ ਲੱਗ ਗਈਆਂ ਜਾਂ ਟਿਕਟੌਕ ਨੂੰ ਵੀਡੀਓ ਪੈਣ ਲੱਗ ਗਈਆਂ ਹਰ ਇੱਕ ਨੂੰ ਟਵਿੱਟਰ ਵੀ ਚਲਾਉਣਾ ਆ ਜਾਣਾ ਹਰ ਇੱਕ ਨੇ ਡਾਊਨਲੋਡ ਵੀ ਰਾਤੋਂ ਰਾਤ ਕਰ ਲੈਣਾ ਹਰ ਇੱਕ ਨੂੰ ਹੈਸ਼ਟੈਗ ਯੂਜ਼ ਕਰਨਾ ਵੀ ਆ ਜਾਣਾ ਹਰ ਇੱਕ ਨੇ ਉੱਤੇ ਪੋਸਟਾਂ ਵੀ ਡੇਲੀ ਦੇ ਦਿਨ ਦੇ ਵਿੱਚ 20-20 ਪੋਸਟਾਂ ਵੀ ਪਾਉਣੀਆਂ ਸ਼ੁਰੂ ਕਰ ਦੇਣੀਆਂ ਯਾਰ ਆਪਣੀ ਸੋਚ ਬਦਲੋ ਕੀ ਹੋ ਜਾਊਗਾ ਅਗਰ ਤੁਸੀਂ ਕਮੈਂਟਾਂ ਦੇ ਵਿੱਚ ਵੀ ਲਿਖਦੇ ਹੋ ਜਸਟਿਸ ਫੋਰ ਸਿੱਧੂ ਮੂਸੇਵਾਲਾ ਕਿਸੇ ਦੇ ਲਾਈਵ 'ਚ ਜਾ ਕੇ ਵੀ ਲਿਖਦੇ ਹੋ ਜੇ ਉਹੀ ਇੱਕ ਹੈਸ਼ਟੈਗ ਤੁਸੀਂ ਟਵਿੱਟਰ ਤੇ ਕਰੋ ਨਾ ਤਾਂ ਉਹਦੀ ਵੈਲਿਊ ਪਊਗੀ ਯਾਰ ਸਹੀ ਗੱਲ ਆ ਬਈ ਹੱਥ ਜੋੜ ਕੇ ਬੇਨਤੀ ਆ ਆਓ ਨਾ ਭੇਡ ਚਾਲ ਵਾਲੇ ਕੰਮ ਕਰੋ ਕਿਸੇ ਦੇ ਉੱਤੇ ਨਾ ਬੈਠੋ ਕਿ ਉਹ ਬਣਾਊਗਾ ਤਾਂ ਮੈਂ ਬਣਾਵਾਂ ਤੁਸੀਂ ਸ਼ੁਰੂ ਕਰੋ ਤੁਸੀਂ ਆਪਣੇ ਆਪ 'ਚ ਸ਼ੀਸ਼ੇ ਚੱਕਾ ਮਿਲਾਉਣ ਜੋਗੇ ਤਾਂ ਹੋਗੇ ਮੈਂ ਖੜਾ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਯੂਜ਼ ਕੀਤਾ ਬਾਈ ਫਿਰ ਮੇਰੇ ਨਾਲ ਮੇਰੇ ਭਰਾ ਭੈਣਾਂ ਸੀ ਜੋੜੇ ਅਸੀਂ ਇੱਦਾਂ ਦਾ ਗਰੁੱਪ ਅੱਗੇ ਕੀਤਾ ਆਓ ਯਾਰ ਬੇਨਤੀ ਵਾਲੀ ਗੱਲ ਆ ਬਾਕੀ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਨੂੰ ਠੀਕ ਆ ਬਿਲਕੁਲ ਇਹ ਮੈਸੇਜ ਅੱਗੇ ਤੱਕ ਜਾਣੇ ਚਾਹੀਦੇ ਆ ਤੇ ਬਾਕੀ ਬਾਈ ਦੇ ਫਾਦਰ ਸਾਹਿਬ ਨੇ ਕਿਹਾ ਕਿ ਅਗਲੇ ਮਹੀਨੇ ਸਿੱਧੂ ਬਾਈ ਦੀ ਬਰਸੀ ਕਰਾਉਣੀ ਆ ਉੱਤੇ ਕਾਲ ਦੇਣਗੇ ਜੋ ਵੀ ਕਿਵੇਂ ਵੀ ਪ੍ਰੋਗਰਾਮ ਹੋਊਗਾ ਹੁਣ ਦੇਖਦੇ ਆ ਮਹੀਨੇ ਵਿੱਚ ਕੀ ਕਰਦੀ ਆ ਸਰਕਾਰ ਕੀ ਨਹੀਂ ਉਸ ਤੋਂ ਬਾਅਦ ਜੋ ਵੀ ਕੇਸ ਦੇ ਉੱਤੇ ਅੱਗੇ ਇੰਪਰੂਵਮੈਂਟ ਜਾਂ ਜੋ ਵੀ ਕਾਲ ਹੋਊਗੀ ਆਪਾਂ ਨੂੰ ਦੱਸਣਗੇ ਫਿਰ ਆਪਾਂ ਉਵੇਂ ਚੱਲਾਂਗੇ ਧੰਨਵਾਦ ਠੀਕ ਆ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਕਮੈਂਟਾਂ 'ਚ ਵੀ ਹੈਸ਼ਟੈਗ ਹੀ ਯੂਜ਼ ਕਰਿਓ ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਪ੍ਰੈਸ ਦੀ ਬੈਲ ਆਈਕਨ ਤੇ ਆਲ ਤੇ ਕਰ ਦਿਓ ਕਲਿੱਕ ਤਾਂ ਜੋ ਵੀਡੀਓ ਤੁਹਾਨੂੰ ਨਾਲ ਨਾਲ ਪਤਾ ਲੱਗ ਸਕੇ ਮਿਲਦੇ ਹਾਂ ਅਗਲੀ ਵੀਡੀਓ 'ਚ ਅਡੀਓਸ ਅਮੀਗੋ ਆਖਾਂ ਮੇਰਾ ਇਹ ਅਸੂਲ ਜੇ ਕੋਈ ਪੰਗਾ ਲਊਗਾ ਸੌ ਰੱਬ ਦੀ ਬਣਾ ਕੇ ਮੈਂ ਤਾਂ ਰੇਲ ਭੇਜਣਾ।